ਮਿਲ ਜਾਂਦੀ 10 ਕਿਲੋ 5 ਕਿਲੋ ਸਮੁੰਦਰੀ ਦੇ ਦਿਓ ਤੇ 5 ਕਿਲੋ ਦਰਿਆਈ ਤੇ 2 ਕਿਲੋ ਛੱਪੜ ਵਾਲੀ ਵੀ ਕਰ ਦਿਓ ਤਿੰਨ ਕਿਸਮ ਦੇ ਪਰੌਣੇ ਆਏ ਤੁਹਾਡੇ ਘਰ ਕਿਉਂ ਕੀ ਹੋਇਆ ਹਲਾਲ ਹੀ ਹੈ ਨਾ ਅੱਲਾਹ ਦਾ ਤਾਲੇ ਨੇ ਦੇ ਕੀ ਕਰਮ ਹੈ ਨਾ ਮੱਛੀ ਹਲਾਲ ਹੀ ਹੈ ਮੱਛੀ ਹਲਾਲ ਹੀ ਹੈ ਜਦੋਂ ਸਮੁੰਦਰ ਚੋਂ ਬਾਹਰ ਆ ਜਾਣੀ ਹੈ ਨਾ ਤਕਬੀਰ ਪੜ ਕੇ ਫੜਦਾ ਤੂੰ ਇਹਨੂੰ ਸਮੁੰਦਰ ਚੋਂ ਲੇਲਾ ਕੱਢਿਆ ਮੈਂ ਤਕਬੀਰ ਪੜਨੀ ਹੈ ਮੱਛੀ ਦੀ ਕਾਦੀ ਤਕਬੀਰ ਅੱਛਾ ਵੀਰੇ ਉਹ ਕਿਹੜਾ ਕੰਡਾ ਹੁੰਦਾ ਜਿਹੜਾ ਨਹੀਂ ਕਹਿੰਦਾ ਕੰਡਾ ਢੋਲੀ ਨੂੰ ਦੇ ਜਾਈ ਵੀਰ ਵੇ ਜਾਂ ਮੇਰਾ ਭਰਾ ਨਾ ਪਹਿਲਾਂ ਭੈਣ ਵਿਆਹ ਜਾ ਕੇ ਯਾਰ ਓਏ ਤੁਸੀਂ ਹਾਸੇ ਦੇ ਅਸੀਂ ਵੰਡਨੇ ਹੀ ਵੰਡਨੇ ਆ ਹੁਣ ਅਸੀਂ ਸਵੀਟ ਵੀ ਵੰਡਿਆ ਕਰਾਂਗੇ ਇਹ ਕੀ ਹੈ ਜੀ ਤੁਹਾਡੇ ਹੱਥ ਇਹ ਜੀ ਖਾਨਪੁਰ ਸਵੀਟ ਵਾਲਿਆਂ ਦੇ ਪੇੜੇ ਅੱਛਾ ਹਾਏ ਹਾਏ ਚੀਨੀ ਖੋਲ ਮੇਰੇ ਨੂੰ ਉਹ ਠਹਿਰ ਜਾ ਯਾਰ ਖੋਲ ਤਾਂ ਸਹੀ ਕੀ ਹੋਇਆ ਭੋਗੇ ਬੇਸਬਰਾ ਕੋ ਹੋਇਆ ਨਾ ਇੱਕ ਤਾਂ ਮਿੱਠੀ ਚੀਜ਼ ਵੇਖ ਕੇ ਨਾ ਤੂੰ ਉਹ ਹੀ ਹੋ ਜਾਣਾ ਕੀ ਉਹ ਕੌਣ ਹੁੰਦੇ ਆ ਲੋ ਖੋਲ ਲੈਨੇ ਆ ਇਹਦੀ ਪੈਕਿੰਗ ਤਾਂ ਦੇਖੋ ਹਾਏ ਇਹ ਇਹ ਦੇਖਿਆ ਡੱਬਾ ਹਾਂ ਸੋਹਣਾ ਪੈਕਿੰਗ ਇਹਦੇ ਵਿੱਚ ਲਓ ਜੀ ਇਹ ਨੇ ਖਾਨਪੁਰ ਦੇ ਪੇੜੇ ਓ ਯਾਰ ਤੂੰ ਤੇ ਐ ਮਾਰਨ ਦੇ ਐ ਨਾ ਕੌਂਡਾ ਕੱਢਣਾ ਵਿੱਚੋਂ ਲਾ ਗੋਗੇ ਇਹ ਤਾਜ਼ਾ ਦੁੱਧ ਤਾਜ਼ਾ ਮੱਖਣ ਔਰ ਬਿਹਤਰੀਨ ਚੀਨੀ ਹਲਕਾ ਮਿੱਠਾ ਲਾਈਟ ਜਿਹਾ ਲਾਈਟ ਜਿਹਾ ਮੇਰੇ ਵਾਸਤੇ ਠੀਕ ਹੈ ਤੇਰੇ ਲਈ ਨਹੀਂ ਇਹ ਭਾਜੀ ਆਨਲਾਈਨ ਤੁਸੀਂ ਆਪਣੇ ਘਰ ਬੈਠੇ ਆ ਮੰਗਾ ਸਕਦੇ ਹੋ ਖਾਨਪੁਰ ਸਵੀਟ ਦੇ ਪੇੜੇ ਪੂਰੀ ਦੁਨੀਆ 'ਚ ਇਸ ਵੇਲੇ ਜਾ ਰਹੇ ਨੇ ਬਾਹਰ ਦੇ ਮੁਲਕਾਂ 'ਚ ਅੰਦਰੂਨ ਮੁਲਕਾਂ 'ਚ ਅਤੇ ਆਰਾਮ ਨਾਲ ਤੁਸੀਂ ਔਡਰ ਦੇਣਾ ਤੁਹਾਡੇ ਘਰ ਆ ਜਾਣਗੇ ਥੱਲੇ ਇਹਨਾਂ ਦਾ ਨੰਬਰ ਵੀ ਚੱਲ ਰਿਹਾ ਅਤੇ ਨਾਲ ਗੋਗੇ ਦਾ ਮੂੰਹ ਵੀ ਚੱਲ ਰਿਹਾ ਐ ਲਓ ਜੀ ਹਾਏ ਖੈਰ ਮੁਬਾਰਕ ਮੈਂ ਅੱਜ ਸ਼ਾਗਿਰਦ ਹੋਇਆ ਤੂੰ ਮੇਰਾ ਹੈ ਨਾ ਅਤੇ ਅੱਜ ਸਾਡੇ ਕੋਲ ਕੁਕਿੰਗ ਆਇਲ ਕੀ ਹੈ ਜੀ ਆਹ ਜਿਹੜਾ ਚਿਲਤਨ ਪਿਓਰ ਦਾ ਚਿਲਤਨ ਪਿਓਰ ਦਾ ਜੀ ਸਾਡੇ ਕੋਲ ਸਿੱਧਾ ਦੇ ਕਰ ਲਾ ਉਹ ਸਿੱਧਾ ਡੋਲ ਚੱਲਾ ਕਨੋਲਾ ਆਇਲ ਕਨੋਲਾ ਆਇਲ ਕੀ ਹੈ ਇਹ ਕੁਕਿੰਗ ਵਾਸਤੇ ਜਿਸ ਤਰ੍ਹਾਂ ਤੁਸੀਂ ਕੋਈ ਚੀਜ਼ ਕੋ ਤੀਲ ਤਲਣੀ ਤੁਲਣੀ ਹੈ ਤਲਣੀ ਹੋਵੇ ਜਿਸ ਤਰ੍ਹਾਂ ਦੂਸਰੇ ਜਿੱਦਾਂ ਮਾਪਿਆਂ ਨੇ ਤੈਨੂੰ ਤਲਿਆ ਇਹਦੇ ਚ ਯਾਰ ਇਹ ਖਾਣੇ ਸ਼ਾਣੇ ਵਾਸਤੇ ਆ ਕੋਈ ਫਿਸ਼ ਤਲਣੀ ਆ ਜਾਂ ਕੋਈ ਐਨੀਵੇ ਕੋਈ ਚੀਜ਼ ਤੁਸੀਂ ਹਾਂ ਤੇ ਬਿਹਤਰੀਨ ਆਇਲ ਆ ਉਹਦੇ ਵਾਸਤੇ ਇਹ ਬਿਹਤਰੀਨ ਆਇਲ ਆ ਜੀ ਚਿਲਤਨ ਪਿਓਰ ਵਾਲਿਆਂ ਦਾ ਕਿਉਂਕਿ ਇਹਦੇ ਨਾਲ ਨਾ ਕੋਲੇਸਟ੍ਰੋਲ ਨਹੀਂ ਵੱਧਦਾ ਹਾਂਜੀ ਹਾਂਜੀ ਦਿਲ ਦੀਆਂ ਜਿਹੜੀਆਂ ਧੜਕਣਾਂ ਨਹੀਂ ਵੱਧਦੀਆਂ ਲੇਕਿਨ ਠੰਡ ਜਿੰਨੀ ਮਰਜ਼ੀ ਪਵੇ ਜੀ ਅਸੀਂ ਤੁਹਾਡੇ ਲਈ ਹਾਜ਼ਰ ਆ ਅਸੀਂ ਫੇਰ ਇੰਨੀ ਸਰਦੀ 'ਚ ਚੱਲੇ ਹਾਂ ਇੱਕ ਤੁਹਾਡੇ ਲਈ ਪਿਆਰੀ ਜੀ ਵੀਡੀਓ ਬਣਾਓ ਬਿਹਤਰੀਨ ਵੀਡੀਓ ਬਣਾਵਾਂਗੇ ਗੋਗੇ ਸਿਰ ਤੇ ਲੈ ਲਾ ਮਾਨਾ ਬਹੁਤ ਬੁਰਾ ਲੱਗ ਰਿਹਾ ਹੈ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਹੈ ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇਲਾ ਏ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇਲਾ ਏ ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਜੀ ਅਸਲਾਮ ਵਾਲੇਕੁਮ ਸਰ ਵਾਲੇਕੁਮ ਸਲਾਮ ਭਾਜੀ ਮੱਛੀ ਚਾਹੀਦੀ ਸੀ ਭਾਜੀ ਹਾਂਜੀ ਭਾਜੀ ਮੱਛੀ ਦੱਸੋ ਕਿੰਨੀ ਚਾਹੀਦੀ ਹੈ 10 ਕਿਲੋ ਚਾਹੀਦੀ ਹਾਂਜੀ 10 ਕਿਲੋ ਮਿਲ ਜਾਂਦੀ 10 ਕਿਲੋ 5 ਕਿਲੋ ਸਮੁੰਦਰੀ ਦੇ ਦਿਓ ਤੇ 5 ਕਿਲੋ ਦਰਿਆਈ ਤੇ 2 ਕਿਲੋ ਛੱਪੜ ਵਾਲੀ ਵੀ ਕਰ ਦਿਓ ਤਿੰਨ ਕਿਸਮ ਦੇ ਪਰੌਣੇ ਆਏ ਤੁਹਾਡੇ ਘਰ ਕਿਉਂ ਕੀ ਹੋਇਆ ਉਹ ਭਾਈ ਸਾਰੀ ਮੱਛੀ ਸਮੁੰਦਰ ਚੋਂ ਹੀ ਆਉਂਦੀ ਆ ਕਰਾਚੀ ਲੈ ਜਾ ਤੈਨੂੰ ਮੈਂ ਮੱਛੀ ਵਾਸਤੇ ਨਹੀਂ ਮਤਲਬ ਇਹ ਕਿਹੜੀ ਕਿਹੜੀ ਮੱਛੀ ਆ ਸਾਡੇ ਕੋਲ ਕਾਲਾ ਰਹੂ ਹੁੰਦਾ ਭਾਈ ਨਹੀਂ ਕਾਲਾ ਰਹੂ ਤੇ ਤੂੰ ਆ ਨਾ ਮੱਛੀ ਕਿਹੜੀ ਆ ਹੈਲੋ ਹਾਂ ਮੱਛੀ ਦੀ ਗੱਲ ਕਰਦੇ ਕਾਲਾ ਰਹੂ ਆ ਮੱਛੀ ਮੱਛੀ ਵਧੀਆ ਜੀ ਮਤਲਬ ਕਿੰਨਾ ਕੁ ਟਾਈਮ ਲੱਗੇਗਾ ਮੈਂ ਪਿੱਛੇ ਵੀ ਜਾਣਾ ਫੋਨ ਕਰ ਦਿੱਤਾ ਉਹਨਾਂ ਨੂੰ ਇੱਥੇ ਬਹਿ ਕੇ ਖਾ ਲਈ 10 ਕਿਲੋ 10 ਕਿਲੋ 15 20 ਮਿੰਟ ਚ ਤਲੀ ਜਾਣੀ ਆ ਭਾਈ ਕਿਲੋ ਦਾ ਪੀਸ ਹੁੰਦਾ ਵਾ 10 ਸੁੱਟਣੇ ਆ ਤੇ ਇਹਨੂੰ ਵੀ ਹਲਾਈ ਜਾ ਇਹ 5 6 ਮਿੰਟ ਬਾਅਦ ਹਲਾਈਦਾ ਭਾਜੀ ਤੇ ਸਾਈਡ ਬਦਲੀ ਦੀ ਆ
ਬੀ ਸਾਈਡ ਲਾ ਦੇ ਫਿਰ ਮੱਛੀ ਸਾਈਡ ਇਹ ਕਿਹੜਾ ਮੈਂ ਗਾਣੇ ਲਾਏ ਨਹੀਂ ਉਹ ਸਾਰਿਆਂ ਨੇ ਤੇ ਅੱਗੇ ਬੰਨੇ ਤੂੰ ਤੇ ਸਿਰ ਤੇ ਟੋਪੀ ਪਾਈ ਮੱਛੀ ਮੱਛੀ ਦੀ ਸਲਿੱਪ ਚ ਖਲੋਣਾ ਸੀਨੀਅਰ ਤੂੰ ਤੇ ਸਿਰ ਤੇ ਕੈਪ ਪਾਈ ਆ ਤੂੰ ਮੱਛੀ ਦਾ ਕੋਚ ਕਿੰਨੇ ਸਾਲ ਪੁਰਾਣੀ ਦੁਕਾਨ ਆ ਚੱਲ ਦੱਸ ਕਿੰਨੇ ਸਾਲ ਪੁਰਾਣੀ ਆ ਤੈਨੂੰ ਕਿਉਂ ਦੱਸਾਂ ਮੈਂ ਦੱਸ ਦੇ ਮੂੰਹ ਪੱਕਾ ਤੇਰਾ ਤੂੰ ਤਾਰੀਖ ਦੀ ਕਿਤਾਬ ਲਿਖਣੀ ਆ ਇਹ ਤਾਰੀਖ ਹੀ ਹੈ ਮੱਛੀ ਮੱਛੀ ਨੀ ਦੁਕਾਨ ਤਾਰੀਖ ਹੀ ਆ ਉਹੋ ਹੀ ਮੱਛੀ ਹੁੰਦੀ ਨਾ ਇੱਥੇ ਤੁਸੀਂ ਕਦੋਂ ਦੇ ਆਏ ਹੋ ਮੈਨੂੰ ਹਲਾਈ ਵੀ ਜਾਈਦਾ ਪੰਜ ਛੇ ਮਿੰਟ ਤੋਂ ਬਾਅਦ ਨਾ ਇਹਨੂੰ ਸਾਈਡ ਬਦਲੀ ਦੀ ਆ ਕਿਉਂ ਜੀ ਖਾਨ ਸਾਹਿਬ ਹਾਂਜੀ ਸਰ ਠੀਕ ਹੈ ਚਲੋ ਦਿਓ ਫਿਰ ਭਾਜੀ ਮੱਛੀ ਹਾਂਜੀ ਇਹਦੇ ਚ ਦਿਓਗੇ ਕੰਡੇ ਜ਼ਿਆਦਾ ਤੇ ਨਹੀਂ ਉਹ ਤੇ ਮੈਨੂੰ ਪਤਾ ਟੋਕਨ ਲੈਣਾ ਪੈਂਦਾ ਇੱਥੇ ਹਾਂਜੀ ਵੱਡੇ ਵੱਡੇ ਆਰਡਰ ਜਿਹੜੇ ਮਾਰਕੀਆਂ ਚ ਮਾਲ ਜਾਂਦਾ ਸਾਡਾ ਨਹੀਂ ਟੋਕਨ ਕੱਲ ਹੀ ਲੈਣਾ ਪੈਂਦਾ ਦਵਾਈ ਲੈਣੀ ਪੈਂਦੀ ਤੇ ਕੰਡੇ ਜ਼ਿਆਦਾ ਤੇ ਨਹੀਂ ਹੈ ਕੰਡੇ ਉਹ ਇੱਕੋ ਕੰਗੀ ਚਾਹੀਦੀ ਇੱਕੋ ਕੰਗੀ ਵਾਲੀ ਉਹ ਕੰਡੇ ਜ਼ਿਆਦਾ ਨੰਗੇ ਪੈਰੀਆਂ ਆ ਤੇ ਤੈਨੂੰ ਬਹੁਤਾ ਖਤਰਾ ਨਹੀਂ ਉਹ ਕੰਡੇ ਜ਼ਿਆਦਾ ਹੁੰਦੇ ਨਾ ਫਿਰ ਬੱਚਿਆਂ ਨੇ ਵੀ ਖਾਣੀ ਹੁੰਦੀ ਆ ਜਿਹਦੇ ਚ ਇੱਕ ਕੰਡਾ ਨਹੀਂ ਹੁੰਦਾ ਇੱਕ ਕੰਡਾ ਕਿਹੜਾ ਇੱਕ ਕੰਡਾ ਹੁੰਦਾ ਵਾ ਸੜਕੋ ਹੁੰਦੀ ਇੱਕ ਕੰਡੇ ਵਾਲੀ ਆ ਬਸ ਉਹ ਕੰਗੀ ਨਿਕਲਣੀ ਆ ਨਹੀਂ ਉਹ ਮੱਛੀ ਹੈਗੀ ਤੁਹਾਡੇ ਕੋਲ ਕਿਹੜੀ ਉਹ ਜਿਹੜੀ ਮੈਂ ਤੇਰੇ ਕੜੇ ਦੀ ਮੱਛੀ ਆ ਹੱਥ ਭਾਕਤ ਮੈਂ ਉਹ ਹੈਗੀ ਉਹ ਨਸੀਬੋ ਲਾਲ ਕੋ ਮਿਲਣੀ ਆ ਸਾਡੇ ਕੋਲ ਹੈ ਨਹੀਂ ਕਿਉਂ ਆ ਉਹ ਨਹੀਂ ਮਿਲਦੀ ਸਾਡੇ ਕੋਲ ਨਹੀਂ ਕੰਡੇ ਨਹੀਂ ਇੰਨੇ ਹੋਣੇ ਚਾਹੀਦੇ ਭਾਈ ਦੇ ਵਿੱਚ ਉਹ ਭਾਈ ਕੰਡੇ ਇੱਕ ਬਸ ਹੁੰਦਾ ਹੀ ਆ ਮੁਨਾਸਬ ਤੇ ਫਿਰ ਵਿੱਚ ਬਿਲਕੁਲ ਤੇ ਕਿਹੜਾ ਤੈਨੂੰ ਖੋਲ ਕੇ ਮੱਛੀ ਦੇ ਦਈਏ ਅਸੀਂ ਵੀ ਮੱਛੀ ਦਾ ਪਹਿਲਾਂ ਪੋਸਟਮਾਰਟਮ ਕਰ ਲਈਏ ਤੈਨੂੰ ਕੰਡੇ ਕੱਢ ਦਈਏ ਮਾੜੇ ਮੋਟੇ ਤੇ ਹੁੰਦੇ ਹੀ ਆ ਨਹੀਂ ਉਹ ਕਿਹੜਾ ਕੰਡਾ ਹੁੰਦਾ ਬੰਦਾ ਇੱਕ ਦੂਜੇ ਨੂੰ ਤੜੀ ਚ ਨਹੀਂ ਕਹਿੰਦਾ ਮੈਂ ਤੇਰਾ ਕੰਡਾ ਕੱਢ ਦਿਆਂਗਾ ਤੂੰ ਮੇਰੇ ਵੱਲ ਵੇਖ ਰਿਹਾ ਮੈਨੂੰ ਲੱਗਦਾ ਤੂੰ ਮੱਛੀ ਨਹੀਂ ਲੈਣੀ ਤੂੰ ਕੰਡਾ ਕਢਾਉਣ ਆਇਆ ਨਹੀਂ ਵੈਸੇ ਹੁੰਦੀ ਹੈ ਨਾ ਇੱਕ ਮਿਸਾਲ ਆ ਮਿਸਾਲ ਤੇ ਹੈ ਵਾ ਸਾਰੀਆਂ ਮਸਾਲਾਂ ਇੱਥੇ ਦੇਣੀਆਂ ਉਹ ਵੀ ਕਹਿੰਦਾ ਹੁੰਦਾ ਨਾ ਕਿ ਇਹਨੇ ਮੇਰੇ ਰਾਜ ਕੰਡੇ ਖਿਲਾਰਤੇ ਨੇ ਉਹ ਕਿਹੜਾ ਕੰਡਾ ਹੁੰਦਾ ਉਹ ਭਾਜੀ ਰਿਸ਼ਤੇਦਾਰੀ ਚ ਹੁੰਦਾ ਵਾ ਸ਼ਰੀਕੇ ਭਾਈਚਾਰੇ ਚ ਉਹ ਕੰਡੇ ਹੁੰਦੇ ਆ ਸਾਡੇ ਨਹੀਂ ਹੁੰਦੇ ਇੱਥੇ ਉਹ ਜਿਹੜਾ ਕੰਡਾ ਹੁੰਦਾ ਜਿਹੜਾ ਕਹਿੰਦੇ ਸਾਰਾ ਮਾਲ ਕੰਡੇ ਤੇ ਲੈ ਜਾ ਉਹ ਕਿਹੜਾ ਕੰਡਾ ਹੁੰਦਾ ਤੂੰ ਇੱਥੇ ਕੰਡਿਆਂ ਨੂੰ ਪੁੱਛਣ ਆਇਆ ਵਾ ਮੈਂ ਕਿਹੜਾ ਟਰੱਕ ਲਾਉਣਾ ਹੀ ਕਿਹੜਾ ਕੰਡਾ ਪੁੱਛਦਾ ਉਹ ਵਜਨ ਵਾਲਾ ਕੰਡਾ ਹੋਰ ਹੁੰਦਾ ਭਾਈ ਨਹੀਂ ਮੱਛੀ ਖਾਂਦੇ ਆ ਕੰਡਾ ਅੰਦਰ ਚਲਾ ਜਾਵੇ ਕੋਈ ਪ੍ਰੋਬਲਮ ਤੇ ਨਹੀਂ ਕੋਈ ਸਾਈਡ ਇਫੈਕਟ ਤੇ ਨਹੀਂ ਹੁੰਦਾ ਅੰਦਰ ਕਿਹੜੇ ਪਿਛਲੇ ਕਮਰੇ ਚ ਨਹੀਂ ਖਾਂਦੇ ਇੱਕ ਅੱਧਾ ਚਲਾ ਹੀ ਜਾਂਦਾ ਖਾਂਦਿਆਂ ਚਲੇ ਜਾਵੇ ਭਾਈ ਉੱਤੋਂ ਨਾ ਇੱਕ ਬੁਰਕੀ ਸੁੱਕੀ ਰੋਟੀ ਦੀ ਲਾਣੀ ਆ ਜਾਂ ਗੁੜ ਹੋਵੇ ਘਰ ਤੇ ਉਹ ਕੋਈ ਮਸਲਾ ਨਹੀਂ ਗਾਂਦਾ ਮੈਂ ਹੁਣ ਮੱਛੀ ਖਾਣਾ ਵਾ ਜੇਬ ਚ ਗੁੜ ਪਾਈ ਫਿਰਾਂ ਨਹੀਂ ਗੁੜ ਨਹੀਂ ਪਾਈ ਫਿਰੋ ਤੇ ਤੁਸੀਂ ਖਾਓ ਜੇ ਤਿਆਤ ਨਾ ਏਡਾ ਹਫਲਿਆਂ ਜ਼ਰੂਰ ਪਿਆਣਾ ਵਾ ਅਗਰ ਮੈਂ ਇਹਦੇ ਚ ਕੁੰਡੀ ਲਾ ਲਵਾਂ ਤੇ ਜਿਹੜੀ ਆ ਜਾਵੇ ਉਹ ਤੈਨੂੰ ਮੈਂ ਕੁੰਡੀ ਪਾ ਕੇ ਦੁਕਾਨੋਂ ਬਾਹਰ ਕੱਢ ਦੇਣਾ ਬੜਾ ਮਲੀ ਮੱਛੀ ਵਰਗਾ ਮੂੰਹ ਤੇਰਾ ਚਲੋ ਦਿਓ ਫਿਰ ਚਟਨੀ ਮਿੱਠੀ ਹੁੰਦੀ ਆ ਆਪਣੇ ਕੋਲ ਚਟਨੀ ਮਿੱਠੀ ਚਟਨੀ ਹੁੰਦੀ ਆ ਭਾਈ ਸਾਡੇ ਕੋਲ ਆਲੂ ਬੁਖਾਰੇ ਇਮਲੇ ਦੀ ਪਿਓਰ ਚਟਨੀ ਉਹ ਮਹਿਮਾਨ ਆਏ ਕਹਿੰਦੇ ਮੱਛੀ ਖਾਣੀ ਉੱਥੋਂ ਅਸੀਂ ਤਾਂਦਲੇ ਤੋਂ ਆਏ ਤਾਂਦਲੇ ਮੰਡੀ ਤੋਂ ਕਿੰਨੇ ਦਿਨ ਹੋ ਗਏ ਮਹਿਮਾਨਾਂ ਨੂੰ ਆਇਆ ਨੂੰ ਉਹ ਕੱਲ ਆਏ ਆ ਕੀ ਹੋ ਗਿਆ ਮਹੀਨਾ ਹੋ ਗਿਆ ਕੱਲ ਦਾ ਦੱਸੀ ਜਾਣਾ ਵੀ ਤੁਹਾਨੂੰ ਮੱਛੀ ਖਵਾਉਣੀ ਕੱਲ ਹੀ ਮਰ ਲੈ ਆਇਆ ਨਹੀਂ ਕੱਲ ਉਹ ਚਿਕਨ ਖਿਲਾਇਆ ਸੀ ਉਹਨਾਂ ਨੇ ਫਿਰ ਅੱਜ ਕਹਿੰਦੇ ਮੱਛੀ ਖਾਣੀ ਚਿਕਨ ਕਿੱਥੋਂ ਖਵਾਇਆ ਸੀ ਉਹਨਾਂ ਘਰ ਜਾਂਦੇ ਠੰਡੀ ਤੇ ਨਹੀਂ ਹੋਏਗੀ ਯਾਰ ਤੂੰ ਜਦੋਂ ਘਰ ਜਾਣਾ ਹੀ ਪੈਦਲ ਵਾ ਤੇ ਠੰਡੀ ਹੋਣਾ ਵਾ ਜੇ ਰਕਸ਼ਾ ਕਰਾ ਲਈ ਮਰ ਲਈ ਉਹ ਗੱਡੀ ਤੇ ਆਇਆ ਭਾਈ ਮੈਂ ਹਾਂਜੀ ਗੱਡੀ ਤੇ ਆਇਆ 10 ਕਿਲੋ ਕਰਨੀ ਆ
10 किलो भाई हो जाएगी मेरी आंखों के सामने कढ़नी तू हां जी हां यार आ मैं चोरी करन दिया आ तेरी आंखों के सामने ही है ये खान साहब सीनियर है तेरे तो तदे ही बदतमीज है तो खान साहब 12 मिनट हो गए है इधर भी ध्यान करो आ मन सेरियो फोन ना सुनी जाओ आ कढ़ो इनू ਤੇ ਭਾਜੀ ਉਹ ਕਿਹੜੇ ਕੰਡੇ ਹੁੰਦੇ ਜਿਹੜਾ ਗਾਣਾ ਨਹੀਂ ਮਸੂਦ ਰਾਣਾ ਨੇ ਖਾਇਆ ਫੁੱਲ ਤੋੜ ਕੇ ਸੁੱਟ ਗਿਆ ਮਾਲੀ ਤੇ ਕੰਡਿਆਂ ਨੇ ਜਿੰਦ ਘੇਰ ਲਈ ਉਹ ਕਿਹੜਾ ਕੰਡਾ ਹੁੰਦਾ ਨਹੀਂ ਤੂੰ ਇਹ ਮਸੂਦ ਰਾਣੇ ਨੇ ਤੈਨੂੰ ਕਿਹਾ ਵਾ ਵੀ ਇਹ ਗਾਣਾ ਗਾਵੀਂ ਤੇ ਤੈਨੂੰ ਮੱਛੀ ਦੇਣਗੇ ਉਹ ਕੰਡਿਆਂ ਦੀ ਗੱਲ ਹੋ ਰਹੀ ਨਾ ਕੰਡੇ ਭਾਈ ਇੱਥੇ ਇੱਕ ਕਿਸਮ ਦੇ ਇੱਕ ਕੰਗੀ ਹੋਵੇ ਬਸ ਇੱਕ ਕੰਗੀ ਵਿੱਚ ਸਿਰ ਬਾਉਣਾ ਤੂੰ ਉਹ ਯਾਰ ਉਹ ਇੱਕ ਹੀ ਹੁੰਦੀ ਕੰਗੀ ਜਿਹੜੀ ਹੁੰਦੀ ਆ ਤੇ ਭਾਜੀ ਫਿਰ ਸਾਡਾ ਪੂਰ ਵੀ ਪਾਓ ਨਾ ਵਿੱਚ ਸਾਡਾ ਵੀ ਪਾਣੇ ਆ ਤੇ ਕੱਢ ਲਈਏ ਜਿਨ੍ਹਾਂ ਦਾ ਪਹਿਲੇ ਆਰਡਰ ਆ ਮੈਂ ਇੱਥੇ ਖਲੋਤਾ ਕੋ ਪਰੇਸ਼ਾਨੀ ਤੇ ਨਹੀਂ ਤੈਨੂੰ ਕੋਈ ਤਕਲੀਫ ਤੇ ਨਹੀਂ ਹੋ ਰਹੀ ਤੂੰ ਦੁਕਾਨਾਂ ਤੇ ਖਲੋਣਾ ਹੀ ਐ ਇਦਾਂ ਕਿਹੜਾ ਤੂੰ ਸ਼ਾਇ ਲੈ ਕੇ ਜਾਣਾ ਉਹ ਨਹੀਂ ਉਹ ਲੈਣ ਆਇਆ ਮੱਛੀ ਭਾਈ ਮੈਂ ਕਿੱਥੋਂ ਲੈਣ ਆਇਆ ਤੈਨੂੰ ਮੈਂ ਸਿਰ ਤੇ ਟੋਪੀ ਪਾਈ ਮੱਛੀ ਦਾ ਫਲੱਡ ਲਾਈਟ ਖੇਡ ਰਿਹਾ ਤੂੰ ਆ ਲਾਓ ਤੇ ਸਹੀ ਤੁਸੀਂ ਹਲੋ ਨਹੀਂ ਨਹੀਂ ਪਾਈ ਰੱਖ ਭਾਈ ਪਾਈ ਰੱਖ ਚੱਲ ਕਰ ਪਾ ਕਰ ਪਾਈ ਰੱਖ ਸੋਹਣਿਆ ਇਹ ਕਿਸੇ ਦਾ ਆਰਡਰ ਭਾਈ ਹਾਂ ਜੀ ਭਾਈ ਇਹ ਕਿਸੇ ਦਾ ਆਰਡਰ ਤੇ ਵਿਆਹਾਂ ਸ਼ਾਦੀਆਂ ਦੇ ਵੀ ਦੇ ਦਿੰਦੇ ਆਰਡਰ ਵਿਆਹਾਂ ਸ਼ਾਦੀਆਂ ਤੇ ਮਾਰਕੀ ਤੇ ਘਰ ਦੇ ਕੋ ਪ੍ਰੋਗਰਾਮ ਹੋਣ ਅੱਛਾ ਤੇ ਉਹ ਪੈਕ ਕਰਕੇ ਤੁਹਾਨੂੰ ਗਰਮਾ ਗਰਮ ਘਰ ਪਹੁੰਚੇਗੀ ਠੀਕ ਆ ਤੇ ਇਹ ਮੱਛੀ ਜ਼ਿੰਦਾ ਹੀ ਵੇਚ ਸੁੱਟਦੇ ਹੋ ਜ਼ਿੰਦਾ ਹੀ ਹਾਂ ਜੀ ਜ਼ਿੰਦਾ ਹੀ ਮੱਛੀ ਵੇਚ ਸੁੱਟਦੇ ਨੇ ਕਾਤਲਾ ਮੱਛੀ ਦੇ ਸੀ ਕਿਉਂਕਿ ਜ਼ਿੰਦਾ ਨਹੀਂ ਇਹ ਮੱਛੀ ਭਾਜੀ ਜਦੋਂ ਇਹ ਠੰਡੀ ਹੋ ਜਾਂਦੀ ਹੈ ਨਾ ਹਾਂ ਇਹ ਹਲਾਲ ਹੀ ਹੁੰਦੀ ਹੈ ਜੋ ਠੰਡੀ ਹੋ ਜਾਂਦੀ ਫਿਰ ਉਹਨੂੰ ਜਰਸੀ ਲਾ ਦੇਣਾ ਹਲੋ ਯਾਰ ਤੂੰ ਆਰਡਰ ਦੇਣਾ ਨਾ ਆ ਕਾੜੀ ਯਾਰ ਖਾਨ ਇਹਨਾਂ ਨਹੀਂ ਤੇ ਮੱਛੀ ਤੇ ਹਲਾਲ ਹੀ ਆ ਨਾ ਅੱਲਾਹ ਤਾਲਾ ਨੇ ਦੇ ਕੀ ਕਰਮ ਆ ਨਾ ਮੱਛੀ ਹਲਾਲ ਹੀ ਆ ਮੱਛੀ ਹਲਾਲ ਹੀ ਆ ਜਦੋਂ ਸਮੁੰਦਰ ਚੋਂ ਬਾਹਰ ਆ ਜਾਣੀ ਆ ਨਾ ਤਕਬੀਰ ਪੜ ਕੇ ਫੜਦਾ ਤੂੰ ਇਹਨੂੰ ਸਮੁੰਦਰ ਚੋਂ ਲੇਲਾ ਕੱਢਿਆ ਮੈਂ ਤਕਬੀਰ ਪੜਨੀ ਆ ਮੱਛੀ ਦੀ ਕਾਦੀ ਤਕਬੀਰ ਹੁੰਦੀ ਆ ਬਸ ਉਹ ਅੱਲਾਹ ਵੱਲੋਂ ਹੀ ਹਲਾਲ ਹੀ ਹੁੰਦੀ ਆ ਚਲੋ ਠੀਕ ਆ ਮੇਰਾ ਮੇਰਾ ਮੇਰੇ ਵਾਲਾ ਪੂਰ ਪਾ ਹੈ ਮੇਰੇ ਵਾਲਾ ਪੂਰ ਆ ਪਾਣੀ 10 ਕਿਲੋ ਵੀਰੇ 10 ਕਿਲੋ ਆਏ ਹਾਏ ਹਾਏ ਕੀ ਬਾਤ ਆ ਆ ਨਾਲ ਨਾ ਨਾ ਲਾ ਧਿਆਨ ਨਾ ਧਿਆਨ ਨਾ ਲੈ ਧਿਆਨ ਨਾ ਰੱਖਿਆ ਹੁੰਦੇ ਆ ਮੱਛੀ ਦੇ ਅੱਗੇ ਮੇਰੀ ਮੱਛੀ ਆ ਮੈਂ ਜਿੱਦਾਂ ਮਰਜ਼ੀ ਖਾਵਾਂ ਭਾਜੀ ਕਦੀ ਤੂੰ ਮੱਛੀ ਸੁੱਟੀ ਹੋਵੇ ਤੇ ਮੱਛੀ ਨੇ ਤੈਨੂੰ ਵੀ ਖਿੱਚ ਲਿਆ ਹੋਵੇ ਨਾਲ ਕੀ ਗੱਲ ਹੈ ਕੁੰਡੀ ਦੇ ਨਾਲ ਮੈਂ ਵੀ ਜਾਵਾਂ ਨਾਲ ਹੀ ਨਹੀਂ ਹੁੰਦਾ ਹੀ ਹੈ ਨਾ ਅੱਛਾ 10 ਕਿਲੋ ਮੱਛੀ ਨਾਲ 100 ਨਾਨ ਬੜਾ ਹੈ ਨਾ ਹੈ ਜੀ 100 ਨਾਨ ਬਹੁਤ ਹੈ ਨਹੀਂ 100 ਨਾਨ ਥੋੜਾ ਵਾ ਕਿੰਨੇ ਸਾਲ ਮੱਛੀ ਨਾਲ ਖਾਣੀ ਆ ਤੁਸੀਂ ਉਹ ਨਹੀਂ 100 ਨਾਨ ਤੇ 10 ਕਿਲੋ ਨਾਲ ਕਿੰਨੇ ਕੁ ਨਾਨ ਲੱਗ ਜਾਣਗੇ ਫਿਰ ਉਹ ਯਾਰ 10 ਕਿਲੋ ਨਾਲ ਬੜੀ 25 ਨਾਨ ਲੱਗ ਜਾਣਗੇ ਹੋਰ ਕਿੰਨੇ ਕੁ ਨਾਨ ਲਾਉਣੇ ਤੁਸੀਂ ਨਹੀਂ ਉਹਨਾਂ ਨੇ ਕਿਹਾ 100 ਨਾਨ ਲੱਗੇਗਾ ਨਾਲ ਨਾਨ ਖਾਣ ਨੂੰ ਸਾਫੀ ਦੇ ਜਾਂਦੇ ਨਾਨ ਤਾਜ਼ਾ ਗਰਮ ਹਾਂ ਜੀ ਗਰਮ ਨਾਨ ਹਾਂ ਜੀ ਗਰਮ ਨਾਨ ਲੱਗ ਅੱਛਾ ਜੀ ਚੱਲ ਆ ਮੇਰਾ ਕੱਢ ਕੇ ਨਾ ਮੇਰਾ ਭਰਾ ਮੈਨੂੰ ਦੇਣੀ ਹੈ ਆ ਲੱਗ ਲੱਗ ਤੁਹਾਡਾ ਹੀ ਪੂਰ ਲੱਗਿਆ ਭਾਈ ਆਹੋ ਤੇ ਪੈਕਿੰਗ ਇਹਦੀ ਇੰਜ ਕਰਨੀ ਆ ਵੀ ਠੰਡੀ ਨਾ ਹੋਵੇ ਹੈ ਜੀ ਠੰਡੀ ਨਾ ਹੋਵੇ ਅੱਗ 'ਚ ਪੈਕਿੰਗ ਕਰਨਾ ਤੇ ਕੱਪੜੇ 'ਚ ਆ ਲਪੇੜ ਕੇ ਅਸੀਂ ਦੇ ਦਈਦੀ ਆ ਛਾਪਰ ਹੁੰਦਾ ਵਾ ਇੱਕ ਸੜਕੋ ਹੈ ਕਾਰਟੂਨ ਵੀ ਉਹਨਾਂ ਦੇ ਵਿੱਚ ਦੇ ਦਈਦੀ ਆ ਅੱਛਾ 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 ਹਾਂ ਜੀ ਓਏ ਉਹ ਵੀ ਰਾਹਤ ਰੇ ਇੱਕ ਗਾਣਾ ਨਹੀਂ ਗਾਇਆ ਕੰਡੇ ਉੱਤੇ ਮਹਿਰ ਮਾਵੇ ਉਹ ਕਿਹੜਾ ਕੰਡਾ ਹੁੰਦਾ ਤੂੰ ਇੰਜ ਕਰ ਮੋਹਨ ਭਾਈ ਕੋ ਚਲਾ ਜਾ ਤੈਨੂੰ ਨਾ 2 ਕਿਲੋ ਕੰਡੇ ਤੋਲ ਦੋ ਇਹਨੂੰ ਨਹੀਂ ਮੋਹਨ ਭਾਈ ਤੇ ਓਨਰ ਨੇ ਨਾ ਉੱਥੇ ਤੁਸੀਂ ਕੰਮ ਕਰਦੇ ਸੀ ਯਾਰ ਉਹ ਓਨਰ ਤੇ ਹੈ ਵਾ ਤੂੰ ਕੰਡਿਆਂ ਦਾ ਹੀ ਪੁੱਛੀ ਜਾਣਾ ਆ ਜਿਹੜਾ ਗਾਹਕ ਉੱਠਦਾ ਨਾ ਕੰਡੇ ਮੱਛੀ ਚੋਂ ਹੀ ਨਿਕਲਦੇ ਕੁਰਾਨਦਾਦੀ ਚੋਂ ਨਿਕਲਦੇ ਯਾਰ ਯਾਰ ਤੂੰ ਜਿਹੜਾ ਗਾਹਕ ਖਾ ਕੇ ਉੱਠਦਾ ਨਾ ਝੋਲੀ ਕਰ ਲੈ ਥੱਲੇ ਤੈਨੂੰ ਕੰਡੇ ਸੱਡੇ ਪਾਈ ਜਾਣ ਤੇ ਉਹ ਲੈ ਜੀ ਜਾ ਕੇ ਯਾਰ ਤੂੰ ਕੰਡਿਆਂ ਦਾ ਹੀ ਪੁੱਛੀ ਜਾਣਾ ਜਿਉਂਦਾ ਆਇਆ ਇਹ ਜ਼ਰਾ ਲਾਲ ਕਰਕੇ ਕੱਢੀ ਲਾਲ ਕਰਕੇ
ਉਹ ਨਾਨ ਕਹਿੰਦੇ ਆ ਲਾਲ ਕਰਦੇ ਮੱਛੀ ਨੂੰ ਕਿਹੜਾ ਕਹਿੰਦਾ ਪਾਗਲ ਪਹਿਲੀ ਵਾਰੀ ਲੈਣ ਆਇਆ ਨਹੀਂ ਪਹਿਲੇ ਵੀ ਖਾਧੀ ਆ ਮੈਂ ਇੱਥੇ ਆਇਆ ਕਿੰਨੀ ਵਾਰੀ ਬਸ ਵੇ ਕਿਸੇ ਦੇ ਵਲੀਮੇ ਤੇ ਹੀ ਖਾਧੀ ਹੋਣੀ ਆ ਆਪ ਨਹੀਂ ਮੇਰਾ ਖਿਆਲ ਤੋਂ ਲੈ ਕੇ ਆਇਆ ਓਏ ਉਹਨਾਂ ਪਾਈ ਉਹ ਕੱਚਾ ਪੱਕਾ ਹੋ ਜਾਣਾ ਹੀ ਉਹ ਪੀਸ ਪਹਿਲਾਂ ਤੇ ਕੱਢ ਲਾ ਪੂਰ ਸੈੱਟ ਕਰਨ ਦਿਆ ਮੈਂ ਕਦੋਂ ਪਾਉਣ ਲੱਗਾ ਪਾਗਲ ਆ ਮੈਂ ਅੱਛਾ ਤੇ 10 ਕਿਲੋ ਮੱਛੀ ਜਿਹੜੀ ਨਾ ਤੂੰ ਮੇਰੇ ਨਾਲ ਛੱਡ ਕੇ ਆਉਣੀ ਆ ਘਰ ਕਿਉਂਕਿ ਰਾਜ ਡਕੇਤੀ ਹੋ ਜਾਣੀ ਤੈਨੂੰ ਕਿਉਂ ਕੀ ਹੋਇਆ ਦੇਵਰ ਲੈ ਕੇ ਚੱਲਣਾ ਸਾਡੀ ਦੁਕਾਨ ਹੈ ਨਹੀਂ ਤੇ ਤੂੰ ਭਰਾ ਨਹੀਂ ਉਹ ਤੇ ਛੱਡ ਆਈ ਕਿ ਅਸੀਂ ਕੰਮ ਕਰਨਾ ਵਾ ਗਾਹਕ ਸਿਰ ਤੇ ਚੜੇ ਆ ਸਿਰ ਤੇ ਐਵੇਂ ਚੜੇ ਉਹਦੇ ਉਹ ਵਿਚਾਰੇ ਫਿਰਦਾ ਹੈ ਉੱਥੇ ਇਹਦੀ ਪੈਕਿੰਗ ਕਿੱਸੀ ਹੋਏਗੀ ਮਤਲਬ ਅੱਛੀ ਹੋਏਗੀ ਨਾ ਗਿਫਟ ਦੇਣੀ ਨਾ ਕਿਸੇ ਨੂੰ ਯਾਰ ਸਾੜੀ ਲੈਣ ਆਇਆ ਘਰੋਂ ਪੈਕਿੰਗ ਦਾ ਹੀ ਕਹੀ ਜਾਂਦਾ ਵਾ ਇੱਕ ਖਾਕੀ ਛਾਪਰ ਆ ਉਹਨਾਂ ਦੀ ਪਾ ਕੇ ਅਸੀਂ ਤੈਨੂੰ ਕਾਰਟੂਨ ਚ ਬੰਦ ਕਰ ਦੇਣੀ ਕਾਰਟੂਨ ਚ ਉਹ ਕਾਰਟੂਨ ਨਹੀਂ ਕਹੀਦਾ ਜਿਹੜਾ ਗੱਤੇ ਦਾ ਬਣਿਆ ਹੁੰਦਾ ਹਾਂ ਉਹ ਉੱਤੇ ਲਿਖਿਆ ਨਾ ਆਪਣਾ ਇਹ ਪੂਰਾ ਆ ਦੇ ਅਸਲਮ ਦਾਰਾ ਮਾਹੀ ਦੇਖਿਆ ਨੰਬਰ ਵੀ ਲਿਖਿਆ ਇੱਥੇ ਕੋਈ ਹਾਂ ਹਾਂ ਮਾਸ਼ਾਅੱਲਾ ਯਾਰ ਇਹ ਟੋਪੀ ਕਿਉਂ ਪਾਈ ਤੂੰ ਕੀ ਮਸਲਾ ਤੇਰਾ ਯਾਰ ਤੈਨੂੰ ਕਾਹਦਾ ਟੋਪੀ ਦਾ ਆਬਜੈਕਸ਼ਨ ਵਾ ਤੂੰ ਆਪਣੀ ਮੱਛੀ ਲੈ ਘਰ ਜਾ ਟੋਪੀ ਦਾ ਕਿਤੇ ਨਹੀਂ ਸਾਰੇ ਮੁੰਡੇ ਉੰਜ ਫਿਰਦੇ ਤੂੰ ਐ ਟੋਪੀ ਪਾਈ ਅੱਲਾ ਮੈਂ ਸੀਨੀਅਰ ਆ ਤੂੰ ਮੱਛੀ ਦਾ ਚਲਾਨ ਕਰਨਾ ਆ ਮੈਂ ਸੀਨੀਅਰ ਆ ਦੁਕਾਨ ਦਾ ਪਹਿਚਾਨ ਹੁੰਦੀ ਆ ਵੀ ਇਹਨਾਂ ਚ ਸੀਨੀਅਰ ਕਿਹੜਾ ਵਾ ਅੱਛਾ ਵੀਰੇ ਉਹ ਕਿਹੜਾ ਕੰਡਾ ਹੁੰਦਾ ਜਿਹੜਾ ਨਹੀਂ ਕਹਿੰਦਾ ਕੰਡਾ ਢੋਲੀ ਨੂੰ ਦੇ ਜਾਈ ਵੀਰ ਵੇ ਜਾਂ ਮੇਰਾ ਭਰਾ ਨਾ ਪਹਿਲਾਂ ਭੈਣ ਵਿਆਹ ਜਾ ਕੇ ਯਾਰ ਓਏ ਮੱਛੀ ਬਾਅਦ ਚ ਲੈ ਓਏ ਮੱਛੀ ਲੈਣ ਆਇਆ ਮੈਂ ਤੇਰਾ ਦਿਲ ਆ ਰਿਹਾ ਉਹਨੇ ਤੇਰੇ ਪੱਕ ਜਾਏਗੀ ਕੰਡਾ ਕੰਡਾ ਢੋਲੀ ਨੂੰ ਦੇ ਜਾਈ ਵੀਰ ਵੇ ਆਹੋ ਤੇਰਾ ਆਰਡਰ ਲੱਗਾ ਵਾ ਤੂੰ ਆਰਡਰ ਲੈ ਕੇ ਜਾ ਚਲੋ ਆਰਡਰ ਲੈਣਾ ਮੈਂ ਨਾਨ ਦਾ ਤੇ ਕਹਿ ਦੇ 100 ਨਾਨ ਦਾ ਭਾਈ ਮੂਨ ਕਦੀ 10 ਕਿਲੋ ਮੱਛੀ ਨਾਲ 100 ਨਾਨ ਹੋਇਆ ਵਾ ਹੋਰ ਵੀ ਫਿਰ ਹਜ਼ਾਰ ਕਰ ਲਓ ਹੈਲੋ ਇਹ ਮੱਛੀ ਲਕੋ ਲੈਣੀ ਆ ਪਰੌਣਿਆਂ ਤੋਂ ਨਾਂ ਨਹੀਂ ਡਾਉਣੇ ਉਹਨਾਂ ਨੂੰ ਉਹ ਨਹੀਂ ਫੁਰਲੀ ਚ ਪਾ ਕੇ ਦੇ ਦੇਣੇ ਨਾਂ ਸਾਰੇ ਉਹ ਬੱਚੇ ਵੀ ਆ ਨਾ ਇੱਕ ਇੱਕ ਨਾਂ ਤੇ ਆਵੇ ਨਾ ਬੜੇ ਵਾਹ ਯਾਦ ਬੱਚੇ ਆ ਤੁਹਾਡੇ ਓਏ ਯਾਦ ਕਰ ਵਾਹ ਯਾਦ ਹੈ ਵੀ ਚਟਨੀ ਜ਼ਿਆਦਾ ਦੇਣੀ ਮਿੱਠੀ ਚਟਨੀ ਹੈ ਚਟਨੀ ਜ਼ਿਆਦਾ ਜ਼ਰਾ ਉਹ ਕਿਉਂਕਿ ਬਹੁਤ ਟੇਸਟੀ ਆ ਯਾਰ ਮੈਨੂੰ ਦੂਜੀ ਵਾਰੀ ਨਾ ਲੈਣੀ ਆਵੇ ਯਾਰ 10 ਕਿਲੋ ਨਾ ਜਿੰਨੀ ਕੁ ਬਣਦੀ ਆ ਉਨੀ ਦੇਣੀ ਆ ਕਿ ਤੈਨੂੰ ਬਾਲਟੀ ਭਰਦੀ ਆ ਤੈਨੂੰ ਨਾਲ ਨਹੀਂ 10 ਕਿਲੋ ਨਾ ਕਿਲੋ ਚਟਨੀ ਤੇ ਬਣਦੀ ਨਾ ਮੇਰੀ ਉਹ ਭਾਈ ਪੈਕਟ ਹੁੰਦੇ ਆ ਛੋਟੇ ਹਾਂ ਉਹ 5-10 ਦੇ ਦਾਂਗੇ ਤੁਹਾਨੂੰ ਐਵੇਂ 5-10 ਲੈ ਐਵੇਂ 5-10 ਮੈਂ ਕੰਮ ਛੱਡ ਕੇ ਚਟਨੀ ਨਾ ਬਣਾ ਦਾਂ ਤੈਨੂੰ ਪਹਿਲਾਂ ਨਹੀਂ ਉਹ ਮੈਂ ਲੈ ਕੇ ਆਇਆ ਡੋਂਗਾ ਉਹਦੇ ਚ ਪਾਉਣੀ ਚਟਨੀ ਤੁਸੀਂ ਉਹ ਡੋਂਗਾ ਦਾਤਾ ਸਾਹਿਬ ਆਇਆ ਤੂੰ ਬਾਹਰ ਦਾਤਾ ਸਾਹਿਬ ਚਟਨੀ ਤੇ ਤੈਨੂੰ ਡੋਂਗਾ ਭਰਦੀ ਹੈ ਚਟਨੀ ਦਾ ਨਹੀਂ ਤੇ ਕੀ ਆ ਫੇਰ ਮੈਨੂੰ ਦੂਜੀ ਵਾਰੀ ਨਾ ਆਉਣਾ ਪਵੇ ਓਏ ਇਹਨੂੰ ਹਲਾ ਵੀ ਮੇਰੀ ਮੱਛੀ ਆ ਮਾਮਾ ਨਾ ਬਾਣੋ ਤੂੰ ਹਲੋ ਇਹਨੂੰ ਹਲਾ ਵੀ ਮੈਂ 10 ਕਿਲੋ ਮੈਂ ਪੈਸੇ ਦਿੱਤੇ ਨੇ ਪੈਸੇ ਦਿੱਤੇ ਆ ਤੇ ਤੂੰ ਨਵਾਬ ਲੱਗ ਗਿਆ ਸੜ ਤੇ ਚਾ ਨਾਨਾ ਦਾ ਤੇ ਕਹਦੇ 100 ਨਾਨ ਦਾ ਕਹਦੇ ਭਾਈ ਮੂਨਾ ਜੀ ਯਾਰ ਆ ਕੀ 10 ਕਿਲੋ ਮੱਛੀ ਨਾਲ 100 ਨਾਨ ਹੀ ਕਹੀ ਜਾਂਦੇ ਆ ਮੇਲਾ ਇਹਨਾਂ ਦੇ ਘਰ ਮੇਲੇ ਵਾਲਾ ਹੀ ਕੰਮ ਹੈ ਅੱਜ ਚੱਕੀ ਦਾ ਨਾਂ ਹੀ ਖਾਣ ਗਿਆ ਮੱਛੀ ਤੇਰੀ ਖਾਣ ਗਿਆ ਤੂੰ 100 ਕਿਉਂ ਨਹੀਂ ਦੇ ਰਿਹਾ ਤੂੰ ਆ ਦੇ ਨਾਲ ਮੱਛੀ ਲੈ ਤੂੰ ਸਹੀ ਦੇ ਦੇ ਨਹੀਂ ਉਹ ਮੈਂ ਵੀਡੀਓ ਬਣਾ ਕੇ ਭੇਜਤੀ ਆ ਮੈਂ ਕਿਹਾ ਦੇਖ ਲੋ ਉੱਥੋਂ ਹੀ ਲੈ ਰਿਹਾ ਮੈਂ ਉਹਨੂੰ ਮਾਰ ਉਹਦੀ ਚੱਕਰ ਮਜ਼ੰਗ ਉਹ ਕੱਲਾ ਵੀਡੀਓ ਨਾ ਭਾਵੇਂ ਕੰਡੇ ਕੱਢਦੇ ਹੁਣ ਮੂੰਹ ਚ ਇਹ ਨਾਲ ਹੀ ਸਾਡਾ ਘਰ ਹੈ ਗੱਜੂ ਮੱਥੇ ਬਾਸੀ ਹੋ ਗਏ ਕੱਲ ਦੇ ਅੱਜ ਬੱਚੀ ਨੂੰ ਆ ਰਹੇ ਨੇ ਹੈ ਮਾਨ ਬਾਸੀ ਹੋ ਗਏ ਹਾਂ ਉਹ ਨਹੀਂ ਭਾਈ ਨੇ ਕੱਲ ਘਰ ਹੀ ਪਕਾਈ ਸੀ ਨਾ ਉਹ ਨਹੀਂ ਸੀ ਸਹੀ ਬਣੀ ਆ ਜਦੋਂ ਪਾਈਆ ਪਕਾਉਣੀ ਆ ਕਿੱਥੇ ਸਹੀ ਬਣਨੀ ਦਸਾਂ ਪਰੌਣਿਆਂ ਲਈ ਚਲੋ ਇਹ ਤੇ ਕਰ ਦਿਓ ਨਾ ਤੁਸੀਂ ਚਟਨੀ ਨਾ ਮੈਨੂੰ ਦੂਜੀ ਵਾਰੀ ਆਉਣਾ ਪਵੇ ਯਾਰ ਚਟਨੀ ਮੱਛੀ ਛੱਡ ਦੇ ਚਟਨੀ ਲੈ ਲੈ ਪਹਿਲਾਂ ਉਹ ਪਰੌਣਿਆਂ ਨੂੰ ਹੌਸਲਾ ਹੋਵੇ ਜਾ ਲੈ ਜਾ ਤੂੰ ਲੜਦਾ ਇਹ ਤੇ ਚਟਨੀ ਪਾ ਦਾਂ ਪਹਿਲਾਂ ਮੈਂ ਮੂਨ ਭਾਈ ਦੇ ਐਡੇ ਪਿਆਰ ਵਾਲੇ ਮੇਰਾ ਖਿਆਲ ਸੇਕ ਨਾਲ ਇਹਨੂੰ ਸੇਕ ਚੜਿਆ ਹੈਲੋ ਵਿੱਧਿਆ ਹੀ ਹੋ ਗਿਆ ਭਾਈ ਉਹਦਾ ਨਾ ਰਾਮ ਨਾ ਕੰਮ ਦੇ ਟਾਈਮ ਆ ਉੱਤੋਂ ਤੂੰ ਆਪਣੇ ਅਜੇ ਕਦੀ ਇਦਾਂ ਆ ਤੂੰ ਮੱਛੀ ਸੁੱਟ ਲੈ ਮੱਛੀ ਨੇ ਤੈਨੂੰ ਚਪੇੜ ਮਾਰੀ ਹੋਵੇ ਤੂੰ ਨਾ ਖਾਲੀ ਚਪੇੜ ਮੇਰੇ ਕੋਲੋਂ ਰਾਮ ਨਾ ਬੈ ਚੱਲ ਇਹ ਤੇ ਦੇ ਦੇਣਾ ਮੇਰਾ ਭਰਾ ਸਾਈਡ ਤੇ ਉਹਦੀ ਪਲਟ ਲੈਣ ਦੇ ਚਲੋ ਉਹ ਸਾਈਡ ਕੀ ਥੱਕ ਗਈ ਮੱਛੀ ਸਾਈਡ ਬਦਲਣ ਦੇ ਆ ਜ਼ਾਇਕਾ ਬਹੁਤ ਹੈ ਦਾ ਹਨਾ ਕਿੰਨੇ ਪਰੌਣੇ ਕਿੰਨੇ ਤੁਹਾਡੇ ਆਏ ਪਰੌਣੇ ਸਾਡੇ ਹੈਗੇ 70-80 ਆ ਫੌਦਗੀ ਹੋਈ ਤੁਹਾਡੇ ਨਾਲ ਉਹ ਮਾਰੋ ਫੌਦਗੀ ਤੇ 70-80 ਆਉਂਦੇ ਆ ਨਹੀਂ ਏਡੇ ਪਰੌਣੇ 70-80 ਆ ਨਾਲੇ ਫੌਦਗੀ ਤੇ ਕਿਹੜਾ ਮੱਛੀ ਖਵਾਉਂਦਾ ਯਾਰ ਉਹ ਮੱਛੀ ਖਵਾਉਂਦਾ ਵੀ 70-80 ਕਹੀ ਜਾਂਦਾ ਵਾ ਤੂੰ ਨਾਨ ਕਹੀ ਜਾਂਦਾ ਇਹਦੇ ਹੈਪੀ ਤੋਂ ਹੋਵੇ ਮੂਡ ਤਾਂ ਮੇਰਾ ਆਬਾ ਮਰਿਆ ਵੇ ਤੇ ਮੈਂ ਸਾਰਿਆਂ ਨੂੰ ਮੱਛੀ ਖਵਾ ਰਿਹਾ ਵਾ ਵਾਹ ਬਈ ਵਾਹ ਇਹ ਵਿਆਹਾਂ ਸ਼ਾਦੀਆਂ ਹੁੰਦੀਆਂ ਨੇ ਸਾਲਗਿਰਾ ਹੁੰਦੀ ਆ
ਜਾਂ ਵੈਸੇ ਮਹਿਮਾਨ ਕਹਿਣਾ ਸੀ ਮੱਛੀ ਖਾਣੀ 70-80 ਉਹ ਫੌਦਗੀ ਤੇ ਚਨੇ ਵਾਲੇ ਚੌਲ ਹੁੰਦੇ ਆ ਤੂੰ ਕਦ ਲਈ ਕਹਿੰਦਾ ਮੈਂ ਫੌਦਗੀ ਤੇ ਆਈ 70-80 ਪਰੋਣੇ ਕਿਹੜੇ ਸਿਲਸਿਲੇ ਚ ਆ ਗਏ ਇਕੱਠੇ ਤੁਹਾਡੇ ਘਰ ਉਹ ਹੈ ਇੱਕ ਸਿਲਸਿਲਾ ਤੈਨੂੰ ਦੱਸਾਂਗੇ ਬਾਅਦ ਚ ਅੱਗੋਂ ਵਿਆਹ ਵੀ ਹੈ ਨਾ ਹੈ ਆਹੋ ਚਲੋ ਹੋਏਗਾ ਵਿਆਹ ਚਲ ਹੁਣ ਸਾਈਡ ਬਦਲ ਦਿਓ ਜੀ ਯਾਰ ਬਦਲ ਦਾਂਗੇ ਸਾਨੂੰ ਪਤਾ ਵਾ ਕਿ 5-6 ਮਿੰਟ ਬਾਅਦ ਨਾ ਇਹਦੀ ਸਾਈਡ ਬਦਲੀ ਦੀ ਆ ਉਹ ਬਦਲਦੇ ਮਰੇ ਸਾਰੀ ਮੱਛੀ ਦੀ ਅੱਖ 'ਚ ਘਿਓ ਪੈ ਗਿਆ ਉਹ ਬਹੁਤ ਹੀ ਨਾ ਯਾਰ ਲਾਲ ਹੋ ਜਾਵੇ ਬਹੁਤ ਹੀ ਦੀ ਲਾਲ ਤੂੰ ਚਟਣੀ ਨਾ ਮੈਨੂੰ ਦੂਜੀ ਵਾਰੀ ਆਉਣਾ ਪਵੇ ਹੈ ਜੀ ਉਹ ਯਾਰ ਆ ਗਾਕਾ ਅੱਗੇ ਚਟਣੀ ਚੁੱਕ ਦੋ ਇਹਨੂੰ ਦੇ ਦੋ ਪਹਿਲਾਂ ਨਹੀਂ ਉਹ ਮਣਾ ਮੂਈ ਮੱਛੀ ਹੁੰਦੀ ਰੋਜ਼ ਚਟਣੀ ਤੇ ਹੁਣ ਭਾਈ ਬਥੇਰੀ ਹੁੰਦੀ ਹੈ ਨਾ ਝਗੜਾ ਕਰਾਣਾ ਜਾਂ ਮੱਛੀ ਲੈ ਜਿਹੜੀ ਤੁਸੀਂ ਨਹੀਂ ਨਹੀਂ ਝਗੜਾ ਨਹੀਂ ਵੀ ਉਹ ਤੁਸੀਂ ਜਿਹੜਾ ਗਾਹ ਬੈਠੇ ਹੋ ਸਿਰ ਮਾਰ ਦਿੰਦੇ ਭਾਈ ਇਹ ਚਟਣੀ ਤੇ ਭਾਰ ਪਾਇਆ ਵਾ ਉਹ ਚਟਣੀ ਮੂਨ ਭਾਈ ਹੁੰਦੀ ਜ਼ਾਇਕੇ ਵਾਲੀ ਨਹੀਂ ਖਾਂਦੇ ਆਏ ਨਾ ਅੱਜ ਮੱਛੀ ਲੈਣ ਆ ਗਏ ਤੂੰ ਮੇਰਾ ਭਰਾ ਗਾਹਕਾ ਕਰਾ ਨਾ ਉੱਥੇ ਬਾਹਰ ਖਲੋ ਕਿਉਂ ਇੱਥੇ ਖੜੇ ਹੋ ਜਿੱਥੇ ਸਾਰੇ ਖੜੇ ਹੋਏ ਵਜ੍ਹਾ ਮੈਂ ਮੱਛੀ ਨੂੰ ਛੇੜਤਾ ਨਹੀਂ ਦਿਸਰਾ ਗਾਹਕ ਖੜੇ ਆ ਤੂੰ ਵੀ ਜਾ ਕੇ ਬਾਹਰ ਖਲੋ ਤੂੰ ਯਾਰ ਮੇਰੀ ਮੱਛੀ ਆ ਮੈਂ ਕੋ ਆਪਣੀ ਮੱਛੀ ਦੇ ਕੋਲ ਵੀ ਨਹੀਂ ਖਲੋ ਸਕਦਾ ਓਏ ਆਪਣੀ ਮੱਛੀ ਘਰੋਂ ਲਿਆਇਆ ਤੂੰ ਤੇ ਘਰੋਂ ਨੇ ਮੈਂ ਪੈਸੇ ਨਹੀਂ ਪੇਮੈਂਟ ਨਹੀਂ ਕਰਨੀ ਪੇਮੈਂਟ ਕਰਨੀ ਆ ਤੇ ਹੁਣ ਬਾਅਦ ਚ ਕਰਨੀ ਪਹਿਲਾਂ ਤੂੰ ਗਾਹਕ ਨਹੀਂ ਖਲੋਤੇ ਨਜ਼ਰ ਆਉਂਦੇ ਉੱਥੇ ਚਲੇ ਜਾ ਤੂੰ ਤੂੰ ਪਾਸਾ ਇਹਦਾ ਸਾਈਡ ਚੇਂਜ ਕਰ ਮੇਰੀ ਮੱਛੀ ਨੂੰ ਜ਼ਿਆਦਾ ਤਕਲੀਫ ਨਾ ਦੇ ਹੈਲੋ ਇਹਦੀ ਸਾਈਡ ਤੇ ਬਦਲ ਬਦਲਤੀ ਆ ਉਹਦੀ ਸਾਈਡ ਟੋਪੀ ਤੂੰ ਇੰਜ ਪਾਈ ਜਿਵੇਂ ਮੱਛੀ ਦਾ ਸ਼ਕੋਸ਼ ਖੇਲਦਾ ਤੂੰ ਪਾਓ ਜੀ ਪਾਓ ਭਾਜੀ ਨਾਂ ਕੀ ਤੁਹਾਡਾ ਜੀ ਮੇਰਾ ਨਾਂ ਗੋਗਾ ਭਾਈ ਮੱਛੀ ਕੱਢਣ ਦਿਆਂ ਗੋਗਾ ਹੀ ਹੋਣਾ ਤੇਰਾ ਨਾਂ ਹੈਲੋ ਭਾਜੀ ਮੈਨੂੰ ਚਟਣੀ ਜ਼ਿਆਦਾ ਨਾ ਦਿੱਤੀ ਤੁਹਾਡੀ ਕੋਈ ਹੋਰ ਵੀ ਬ੍ਰਾਂਚ ਹੈ ਨਾ ਭਾਜੀ ਸਾਡੇ ਪੂਰੇ ਪਾਕਿਸਤਾਨ ਵਿੱਚ ਸਾਡੀ ਕੋਈ ਬ੍ਰਾਂਚ ਨਹੀਂ ਆਇਆ ਸਮਝੰਗ ਤੋਂ ਸਵਾਦਾਰ ਅਸਲਮ ਦਾਰਲ ਮਾਈ ਇਹੀ ਆ ਸਾਡੀ ਇੱਕ ਬ੍ਰਾਂਚ ਅੱਛਾ ਜੀ ਹਾਂ ਜੀ ਹੋਰ ਕੋਈ ਬ੍ਰਾਂਚ ਨਹੀਂ ਨਹੀਂ ਹੋਰ ਕੋਈ ਬ੍ਰਾਂਚ ਨਹੀਂ ਸਾਡੀ ਫੇਕ ਤੇ ਨਹੀਂ ਕਿਸੇ ਨੇ ਖੋਲੀ ਦੁਕਾਨ ਤੁਹਾਡੀ ਨਹੀਂ ਨਹੀਂ ਫੇਕ ਅਸੀਂ ਖੋਲਣ ਦਿੰਦੇ ਨਹੀਂ ਚਪੇੜਾ ਨਾ ਮਾਰਾਂਗੇ ਤੇਰੇ ਵੀ ਤੇ ਉਹਦੇ ਵੀ ਉਹ ਮੇਰੇ ਕਦ ਲਈ ਮਾਰ ਰਹੀ ਆ ਮਰੇ ਤੂੰ ਹਾਂ ਨਹੀਂ ਤੇ ਇਹ ਰਜਿਸਟਰ ਹੋਏਗੀ ਨਾ ਫਿਰ ਆ ਰਜਿਸਟ੍ਰੇਸ਼ਨ ਹੋਈ ਆ ਇਹਦੀ ਭਾਈ 1935 ਦੀ ਆ ਸਾਡੇ ਵੱਡੇ ਦਾਦੇ ਪੜਦਾਦਿਆਂ ਦੀ ਇਹੋ ਹੀ ਦੁਕਾਨ ਆ ਇੱਕ ਮਜ਼ੰਗ ਦੇ ਵਿੱਚ ਇਹੀ ਸ਼ਾਖ ਆ ਸਾਡੀ ਬਹੁਤ ਪੁਰਾਣੀ ਅੱਛਾ ਚਟਣੀ ਜ਼ਿਆਦਾ ਦਈ ਮੈਨੂੰ ਦੁਬਾਰਾ ਨਾ ਆਉਣਾ ਪਵੇ ਯਾਰ ਚਟਣੀ ਤੇ ਐ ਜਿਵੇਂ ਤੈਨੂੰ ਆਕਸੀਜਨ ਲਾਉਣੀ ਆ ਤੈਨੂੰ ਸਾਹ ਨਹੀਂ ਆਉਂਦਾ ਚਟਣੀ ਤੋਂ ਬਗੈਰ ਚਟਣੀ ਮੰਗੀ ਜਾਂਦਾ ਉਦੋਂ ਦਾ ਆ 10 ਕਿਲੋ ਮੱਛੀ ਪੈਕ ਕਰਕੇ ਨਾ ਹਾਂ ਹਾਂ ਕਿਸੇ ਹੋਰ ਨੂੰ ਦੇ ਦੇ ਅਸਲ ਜਿੰਨਾ ਮੈਨੂੰ ਤੁਹਾਡੀ ਚਟਣੀ ਬਹੁਤ ਅੱਛੀ ਲੱਗਦੀ ਉਹਦੇ ਨਾਲ ਮੈਨੂੰ ਚਟਣੀ ਨਾਲ ਦੋ ਨਾਨ ਦੇ ਦੇ ਤੇ ਆ ਜਿਹੜਾ ਪੂਰ 10 ਕਿਲੋ ਦਾ ਲਵਾਇਆ ਵਾ ਇਹ ਕੀ ਇਹ ਮੇਰੇ ਕਿਸੇ ਹੋਰ ਨੂੰ ਦੇ ਦੇ ਮੈਨੂੰ ਤੁਹਾਡੀ ਚਟਣੀ ਬਹੁਤ ਵਧੀਆ ਲੱਗਦੀ ਆ ਇਹ ਪੂਰਤੀ ਕਰੀਏ ਇਹਦਾ ਅਸਲ ਜਿ ਮੈਂ ਚਟਣੀ ਖਾਣ ਆਇਆ ਹੈ ਚਟਣੀ ਖਾਣ ਆਇਆ ਮੇਰੇ ਤੇ ਉਦੋਂ ਦਾ ਲੱਗਾ